आज लुधियाना के शाली मग स्कूल के अंदर पंजाब पुलिस व स्कूल के अध्यापकों द्वारा ट्रैफिक नियमों की जानकारी देने के लिए सेमिनार का आयोजन किया गया। इस अवसर पर पंजाब पुलिस PCR के इंचार्ज सौदागर अली ने बच्चों को संबोधन करते हुए कहा है कि वह स्कूल साइकिल से ही आए और हेलमेट का भी प्रयोग करें। लुधियाना से अर्शु की खास रिपोर्ट। हाँ जी, सत श्रीकाल जी, मैं तेंद्र सिंह CEO INN ग्लोबल लिंक। एक बार फिर थोड़ा रूबरू हो रहा जी। अब साढ़े एक बच्चे का रिजल्ट आया 1 मंथ की कोचिंग तो बाद इन्हें 2 मड्यूल चो 9-9 दो चो 8-8 बैड किए ने PTE चो। तो पहले तो कंग्रेचुलेशन इस बच्चे नू। जे तुसी बार बार आज का एग्जाम देकर थक चुके हो, थोड़ा स्कोर नहीं आ रहा, तुसी अज ही INN ग्लोबलिंग ब्रांच विजिट करो लुधियाना रायपुर फ्लोर। असी कमिट करते हैं जे तुहाडे PTE चो 6.5 बैंड नहीं आते, असी पूरी की पूरी फीस रिटर्न कर देंगे, वापस कर देंगे। एक बार डेमो लाओ, जरूर चंगा लगेगा अपने ब्राइट फ्यूचर लिए, चंगे स्कोर लैन लिए। अज ही INN ग्लोबलिंग विजिट करो। वाहेगुरु सब का भला करे। थैंक यू भाई। मेरा नाम सरबजीत कौर गिल है। मैं शालीमार मॉडल सीनियर सेकेंडरी स्कूल भी हूँ इस टाइम प्रिंसिपल हाँ। ਸਰ ਅਸੀਂ ਸ਼ੁਰੂ ਤੋਂ ਹੀ ਬੱਚਿਆਂ ਨੂੰ ਕਹਿੰਦੇ ਹਾਂ ਵੀ 2-wheeler 'ਤੇ ਨਹੀਂ ਆਉਣਾ, ਸਾਈਕਲ 'ਤੇ ਹੀ ਆਉਣਾ। ਅਸੀਂ ਇਹਨਾਂ ਨੂੰ ਪਰਮਿਸ਼ਨ ਦਿੰਦੇ ਨਹੀਂ ਹੈ ਸਕੂਲ ਦੇ ਗਰਾਊਂਡ 'ਚ। ਅਸੀਂ ਇਹਨਾਂ ਦੀ ਪਰਮਿਸ਼ਨ ਹੈ ਨਹੀਂ ਗੀ, ਗਲੀਆਂ ਵਗੈਰਾ 'ਚ ਖੜਾ ਕੇ ਆ ਜਾਂਦੀ ਆ। ਜਿਹੜੇ ਬੱਚੇ ਬਹੁਤ ਦੂਰ ਆਉਂਦੇ ਆ, ਅਸੀਂ ਪੇਰੈਂਟਸ ਦੀ ਪਰਮਿਸ਼ਨ ਲੈਂਦੇ ਹਾਂ। ਜਿਹੜੇ ਬੱਚੇ ਕੋਈ ਐਕਟਿਵਾ 'ਤੇ ਆਉਂਦੇ ਆ ਬਹੁਤ ਦੂਰ, ਉਹਨਾਂ ਕੋਲ ਹੈ ਨਹੀਂ ਕੋਈ ਹੋਰ ਸੋਰਸ ਆਉਣ ਦਾ, ਉਹ ਅਸੀਂ ਕਰਵਾ ਕੇ ਪੇਰੈਂਟਸ ਤੋਂ ਐਪਲੀਕੇਸ਼ਨ ਲੈ ਕੇ ਸਾਈਨ ਕਰਕੇ ਫਿਰ ਉਹਨਾਂ ਨੂੰ ਦਿੰਦੇ ਹਾਂ ਜਾਣ। ਅਦਰਵਾਈਜ਼ ਸਕੂਲ 'ਚ ਅਸੀਂ ਐਂਟਰ ਹੋਣ ਨਹੀਂ ਦਿੰਦੇ ਟੂ ਵਹੀਕਲ ਕੋਈ। ਸਰ ਅਸੀਂ ਇਹੀ ਕਹਾਂਗੇ ਬੱਚੇ ਆ, ਤੁਸੀਂ ਪੇਰੈਂਟਸ ਲਈ ਬਹੁਤ ਮਹੱਤਵਪੂਰਨ ਪੂੰਜੀ, ਉਹਨਾਂ ਦੀ ਇੱਕ ਫਿਊਚਰ ਹੋ। ਆਪਣੇ ਆਪ ਨੂੰ ਇਸ ਚੀਜ਼ ਤੋਂ ਬਚਾ ਕੇ ਰੱਖੋ ਆਪਣੀ ਲਾਈਫ ਨੂੰ। ਤੁਹਾਡੇ ਪੇਰੈਂਟ ਦਾ ਫਿਊਚਰ ਤੁਹਾਡੇ ਨਾਲ ਜੁੜਿਆ ਹੋਇਆ ਗਾ। ਤੁਸੀਂ ਇਹਨੂੰ ਆਪਣੀ ਲਾਈਫ ਨੂੰ ਬਚਾਓਗੇ ਤਾਂ ਦੇਸ਼ ਨੂੰ ਬਚਾਓਗੇ। ਵਧੀਆ ਟ੍ਰੈਫਿਕ ਰੂਲਸ ਨੂੰ ਫੋਲੋ ਕਰੋਗੇ, ਟ੍ਰੈਫਿਕ ਸਾਰਾ ਕੁਛ ਤੁਹਾਡਾ ਨੋਰਮਲ ਹੋਏਗਾ, ਕਿਸੇ ਰੋਡ 'ਤੇ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੋਏਗੀ, ਨਾਲੇ ਬਹੁਤ ਘੱਟ ਐਕਸੀਡੈਂਟ ਹੋਣਗੇ। ਸਰ ਜਿਵੇਂ ਜਿਵੇਂ ਸਾਨੂੰ ਅਪਰਚੁਨਿਟੀ ਮਿਲੇਗੀ ਅਸੀਂ ਜ਼ਰੂਰ ਕਰਵਾਵਾਂਗੇ। ਬੱਚਿਆਂ ਨੂੰ ਅਵੇਅਰ ਕਰ ਲਈ, ਜੋ ਵੀ ਸਾਡੇ ਤੋਂ ਕੋਪਰੇਸ਼ਨ ਮੰਗੇਗਾ ਅਸੀਂ ਉਹਨੂੰ ਕੋਪਰੇਟ ਕਰਾਂਗੇ। ਲੁਧਿਆਣਾ ਲੱਗਿਆ ਹੋਇਆ, ਅੱਜ ਅਸੀਂ ਸਾਲੀਮਰ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਪੁੱਜੇ ਹਾਂ, ਜਿੱਥੇ ਬੱਚਿਆਂ ਨੂੰ ਅਸੀਂ ਜਿਹੜਾ ਹੈਗਾ ਟ੍ਰੈਫਿਕ ਦੇ ਨਿਯਮਾਂ ਸੰਬੰਧੀ ਜਾਗਰਤ ਕੀਤਾ, ਕਿਉਂਕਿ ਬੱਚੇ ਦੇਸ਼ ਦਾ ਭਵਿੱਖ ਨੇ। ਇਸੇ ਕਰਕੇ ਇਹਨਾਂ ਨੂੰ ਐਕਸੀਡੈਂਟ ਤੋਂ ਬਚਾਉਣ ਲਈ ਟ੍ਰੈਫਿਕ ਦੇ ਨਿਯਮ ਜ਼ਰੂਰੀ ਦੱਸਣੇ ਆ। ਅਸੀਂ ਥਾਂ ਥਾਂ 'ਤੇ ਹੋਰ ਵੀ ਸਕੂਲਾਂ ਕਾਲਜਾਂ 'ਤੇ ਜਾਂਦੇ ਹਾਂ, ਬੱਚਿਆਂ ਨੂੰ ਜਿਹੜਾ ਹੈਗਾ ਟ੍ਰੈਫਿਕ ਦੇ ਨਿਯਮ ਸੰਬੰਧੀ ਜਾਗਰਤ ਕਰਦੇ ਹਾਂ, ਤਾਂ ਕਿ ਇਹਨਾਂ ਨੂੰ ਰੋਡ ਐਕਸੀਡੈਂਟ ਤੋਂ ਬਚਾਇਆ ਜਾ ਸਕੇ। ਅਸੀਂ ਮਾਂ ਪਿਓ ਨੂੰ ਇਹੀ ਕਹਾਂਗੇ ਵੀ ਜਿਹੜੇ ਮਾਂ ਪਿਓ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਣ, ਕੋਈ ਵੀ ਬੱਚਾ ਵਹੀਕਲ ਲੈ ਕੇ ਨਾ ਆਵੇ, ਨਾ ਮੋਟਰਸਾਈਕਲ ਨਾ ਸਕੂਟਰ। ਮਾਂ ਪਿਓ ਦੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਆਪਣੇ ਬੱਚਿਆਂ ਦਾ ਜ਼ਰੂਰ ਧਿਆਨ ਰੱਖਣ। ਜੇ ਅਸੀਂ ਰੋਡ ਐਕਸੀਡੈਂਟ ਤੋਂ ਬੱਚਿਆਂ ਨੂੰ ਬਚਾਉਣਾ, ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ, ਇਹ ਸਾਨੂੰ ਸਾਰਿਆਂ ਨੂੰ ਫਰਜ਼ ਨਿਭਾਉਣਾ ਚਾਹੀਦਾ। ਸਾਨੂੰ ਬੱਚਿਆਂ ਨੂੰ ਸਾਈਕਲਾਂ 'ਤੇ ਭੇਜਣਾ ਚਾਹੀਦਾ, ਜਾਂ ਬੱਚੇ ਪੈਦਲ ਆਉਣ ਜਾਂ 3-wheeler 'ਤੇ ਆਉਣ। ਮਤਲਬ ਕੋਈ ਵੀ ਬੱਚਾ ਜਿੰਨਾ ਚਿਰ ਸਾਨੂੰ ਟ੍ਰੈਫਿਕ ਦੇ ਨਿਯਮਾਂ ਸੰਬੰਧੀ ਕੋਈ ਜਾਣਕਾਰੀ ਨਹੀਂ, ਉਹਨਾਂ ਚਿਰ ਅਸੀਂ ਵਹੀਕਲ ਨਾ ਚੱਕੀਏ। ਜ਼ਰੂਰੀ ਆ ਵੀ 18 ਸਾਲ ਤੋਂ ਬੱਚੇ ਘੱਟ ਉਮਰ ਦੇ ਬੱਚੇ ਦਾ ਡਰਾਈਵਿੰਗ ਲਾਇਸੈਂਸ ਨਹੀਂ ਬਣਦਾ, ਜਿੰਨਾ ਚਿਰ ਡਰਾਈਵਿੰਗ ਲਾਇਸੈਂਸ ਨਹੀਂ ਬਣਦਾ ਉਹਨਾਂ ਚਿਰ ਸਾਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਆ, ਨਹੀਂ ਵਹੀਕਲ ਚੱਕਣਾ ਚਾਹੀਦਾ। ਸਰ ਕਈ ਤਾਂ ਹੁਣ ਵੀ ਸਕੂਲਾਂ ਦੇ ਬੱਚੇ ਹੈਗੇ ਆ ਜਿਹੜੇ ਕਿ ਹਾਲੇ ਵੀ ਵਹੀਕਲ ਯੂਜ ਕਰਦੇ ਆ, ਅਤੇ ਕਈ ਵਾਰੀ ਵੇਖਣ ਨੂੰ ਮਿਲਦਾ ਕਿ ਘਟਨਾਵਾਂ ਸਾਹਮਣੇ ਆਉਂਦੀਆਂ ਨੇ। ਅਸੀਂ ਸਾਰੇ ਬੱਚਿਆਂ ਨੂੰ ਸਾਰੇ ਸਕੂਲਾਂ 'ਤੇ ਜਾਵਾਂਗੇ, ਸਾਰੇ ਬੱਚਿਆਂ ਨੂੰ ਜਿਹੜੇ ਸਕੂਲਾਂ ਨੂੰ ਬੱਚਿਆਂ ਨੂੰ ਜਾਗਰਤ ਕਰਾਂਗੇ ਵੀ ਬੱਚੇ ਨਾ ਲੈ ਕੇ ਆਉਣ ਵਹੀਕਲ, ਕਿਉਂਕਿ ਰੋਡ ਐਕਸੀਡੈਂਟ ਤੋਂ ਬਚਾਉਣ ਲਈ ਉਹਨਾਂ ਨੂੰ ਅਸੀਂ ਜਾ ਕੇ, ਇਸੇ ਕਰਕੇ ਅਸੀਂ ਸੈਮੀਨਾਰ ਕਰਾ ਰਹੇ ਹਾਂ ਵੀ ਬੱਚਿਆਂ ਨੂੰ ਜਾ ਕੇ ਵਾਰ ਵਾਰ ਸਮਝਾਈਏ ਵੀ ਵਹੀਕਲ ਲੈ ਕੇ ਨਹੀਂ ਆਉਣੇ। ਜਿੰਨਾ ਚਿਰ ਸਕੂਲ ਵੀ ਨਹੀਂ ਆਪਾਂ ਨੂੰ ਇਜਾਜ਼ਤ ਦਿੰਦਾ, ਕਾਲਜ ਵੀ ਨਹੀਂ ਆਪਾਂ ਨੂੰ ਇਜਾਜ਼ਤ ਦਿੰਦਾ ਵੀ ਆਪਾਂ ਵਹੀਕਲ 'ਤੇ ਆਈਏ, 18 ਸਾਲ ਤੋਂ ਘੱਟ ਉਮਰ ਦਾ ਬੱਚਾ ਕੋਈ ਵੀ ਮਤਲਬ ਵਹੀਕਲ ਨਹੀਂ ਚਲਾ ਸਕਦਾ ਜਿੰਨਾ ਚਿਰ ਸਾਡਾ ਡਰਾਈਵਿੰਗ ਲਾਇਸੈਂਸ ਨਹੀਂ ਬਣਦਾ। ਇਸੇ ਕਰਕੇ ਅਸੀਂ ਅੱਜ ਇਸੇ ਕਾਰਨ ਲਈ ਸਮਝਾਉਣਾ ਹੈ ਬੱਚਿਆਂ ਨੂੰ ਵੀ ਸਾਨੂੰ ਨਹੀਂ ਚੱਕਣਾ ਚਾਹੀਦਾ ਵਹੀਕਲ। ਸਰ ਇਹ ਉਪਰਾਲਾ ਜਿਹੜਾ ਕਦੋਂ ਤੱਕ ਚੱਲੇਗਾ? ਇਹ ਉਪਰਾਲਾ ਅਸੀਂ ਜਿੰਨਾ ਚਿਰ ਇੱਥੇ ਮਤਲਬ ਡਿਊਟੀ 'ਤੇ ਹਾਂ, ਜਿੰਨਾ ਚਿਰ ਸਾਡੇ ਮਾਲਕ ਨੇ ਸਾਨੂੰ ਡਿਊਟੀ ਬਖਸ਼ੀ ਆ, ਉਹਨਾਂ ਦਾ ਸਾਰੇ ਸਕੂਲਾਂ ਕਾਲਜਾਂ ਵਿੱਚ ਜਾ ਕੇ ਬੱਚਿਆਂ ਨੂੰ ਜਾਗਰਤ ਕਰਾਂਗੇ, ਕਿਉਂਕਿ ਡਿਊਟੀ ਦੇ ਨਾਲ ਨਾਲ ਸਾਡਾ ਫਰਜ਼ ਬਣਦਾ ਇਨਸਾਨੀਅਤ ਵੀ ਬੱਚਿਆਂ ਨੂੰ ਜਾਗਰਤ ਕਰਨਾ ਬਹੁਤ ਜ਼ਰੂਰੀ ਆ। ਅਸੀਂ ਵੱਧ ਤੋਂ ਵੱਧ ਸਕੂਲਾਂ ਜਾਵਾਂਗੇ, ਜਿਹੜੇ ਵੀ ਪ੍ਰਿੰਸੀਪਲ ਸਾਨੂੰ ਬੁਲਾਉਣਗੇ ਇਨਵਾਈਟ ਕਰਨਗੇ, ਨਾ ਬੁਲਾਉਣ ਅਸੀਂ ਆਪ ਵੀ ਜਾ ਕੇ ਟਾਈਮ ਲੈ ਲਾਂਗੇ। ਅਸੀਂ ਵੱਧ ਤੋਂ ਵੱਧ ਸਕੂਲਾਂ ਕਾਲਜਾਂ 'ਚ ਪਹਿਲਾਂ ਵੀ ਅਸੀਂ ਇਹ ਫੰਕਸ਼ਨ ਮਤਲਬ ਸੈਮੀਨਾਰ ਕਰਾ ਚੁੱਕੇ ਹਾਂ, ਅਤੇ ਹੁਣ ਵੀ ਵੱਧ ਤੋਂ ਵੱਧ ਸਕੂਲਾਂ ਕਾਲਜਾਂ ਜਾ ਕੇ
जो साडा इंसानी तो फर्ज बनता बच्चे नूं समझाउणा बनता असीं जरूर बच्चे देश दा भविख ने असीं जरूर समझावां असीं सैमीनार मतलब करा रहे इस करके करा रहे हैं प्रिंसीपल साहिबानां नूं भी असीं समझा रहे हैं उन्होंने जिहड़े हैगे बच्चों नूं भी समझा रहे हैं इस करके बच्चों जो बार बार समझावे पालना जरूर करे उन्होंने पता भी असी ट्रैफिक के नियमों संबंधी ना ये काम करिए ना व्हीकल चकीए इस करके जोड़ा है सैमीनार कराने का मतलब ही यही है कि बच्चे ना व्हीकल लेके पटाके उन्होंने असं बार बार पहले बच्चों जिमें बच्चे देश का भविख ने बार बार उन्होंने समझावे स्कूलों कॉलेजों के आके मेरी कविता ने भी यही दसिया भी असी जोड़ा है बच्चे जोड़े पटाके बजाते हैं जोटो मोटरसाइकिल मॉडिफाइड जोड़ा है सलंसर उन्हें पाए आ कढ़ा देना सारियां असी थां थां अनाउंसमेंटा करियां ने पीसीआर के रूह भी असी थां थां अनाउंसमेंटा करियां ने भी मॉडिफाइड जोड़े सलंसर ने उन्होंने असी चेंज कराओ मतलब नहीं सानू होल पाने चाहिए। यदि आपको हमारी ये वीडियो पसंद आई तो हमारे चैनल को लाइक शेयर और सब्सक्राइब करें ऐसी और अपडेट्स देखने के लिए बेल आइकॉन जरूर दबाएं।